ਲੁਧਿਆਣਾ ਦੇ ਮਸਤੂਆਣਾ ਗੁਰਦੁਆਰੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਜਿਸ ਵਿੱਚ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਜਨਰਲ ਚੋਣਾਂ 2 ਦਸੰਬਰ ਨੂੰ ਹੋਣ ਜਾ ਰਹੀਆਂ ਹਨ। ਪ੍ਰਧਾਨ ਨਿਰਮਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਚੋਣਾਂ 2 ਅੰਮ੍ਰਿਤਸਰ ਚੀਫ ਖਾਲਸਾ ਦੀਵਾਨ ਦੇ ਮੁੱਖ ਦਫ਼ਤਰ ਵਿੱਚ ਹੋਣ ਜਾ ਰਹੀਆਂ ਹਨ ਅਤੇ ਇਸ ਦੇ ਇਲਾਵਾ ਗਰੀਬ ਬੱਚਿਆਂ ਨੂੰ ਸਕੂਲੀ ਵਿੱਦਿਆ ਮੁਫ਼ਤ ਦਿੱਤੀ ਜਾਵੇਗੀ। ਖਾਲਸਾ ਦੀਵਾਨ ਨੂੰ 2 ਦਸੰਬਰ ਨੂੰ ਚੀਫ ਖਾਲਸਾ ਦੀਵਾਨ ਦੀ ਜੋ ਹੋ ਰਹੀ ਚੋਣ ਆ ਉਸ ਵਾਸਤੇ ਲੋਕਲ ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਦਾ ਅੱਜ ਸਮੂਹ ਇਕੱਠ ਹੋਇਆ, ਉਹਨਾਂ ਦੀ ਸਪੋਰਟ ਪੂਰੀ ਦੀ ਪੂਰੀ ਲੁਧਿਆਣਾ ਕਮੇਟੀ ਦੀ, ਸੈਂਟਰ ਕਮੇਟੀ ਨੂੰ ਜਿਹੜੇ ਕਿ ਸਰ ਨਿਰਮਲ ਸਿੰਘ ਲੀਡ ਕਰ ਰਹੇ ਆ, ਜਿਹੜੇ ਹੋਰ 5 ਵੀ ਅਹੁਦੇਦਾਰ ਖੜ੍ਹੇ ਹੋਏ ਆ, ਉਹਨਾਂ ਦੀ ਚੋਣ ਲਈ ਹਰ ਵੇਲੇ ਤਤਪਰ ਰਹੋ। ਅਸੀਂ ਵੋਟਾਂ 2 ਤਰੀਕ ਨੂੰ ਪਾਉਣ ਜਾਵਾਂਗੇ, ਹੁੰਮ ਮਵਾ ਕੇ ਇਹਨਾਂ ਨੂੰ ਜਿਤਾ ਕੇ ਆਵਾਂਗੇ। ਲੋਕਲ ਕਮੇਟੀ ਦਾ ਮੈਂ ਪ੍ਰਧਾਨ ਹਾਂ, ਮੈਂ ਵੀ ਉੱਥੇ ਵਾਈਸ ਪ੍ਰਧਾਨ ਦੀ ਇਲੈਕਸ਼ਨ ਲੜ ਰਿਹਾ। ਚੀਫ ਖਾਲਸਾ ਦੀਵਾਨ ਦੀ ਜਿਹੜੀ 2 ਦਸੰਬਰ ਨੂੰ ਚੋਣ ਹੋ ਰਹੀ ਹੈ ਉਸ ਦੇ ਸੰਬੰਧ ਵਿੱਚ ਅੱਜ ਅਸੀਂ ਇਕੱਤਰ ਹੋਏ ਹਾਂ ਅਤੇ ਚੀਫ ਖਾਲਸਾ ਦੀਵਾਨ ਨੂੰ ਸਿੱਖੀ ਅਤੇ ਸਿੱਖਿਆ ਨਾਲ ਜੋੜਾਂਗੇ। ਬੱਚਿਆਂ ਨੂੰ ਪੜ੍ਹਾਈ ਦੀਆਂ ਪੂਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਬੱਚਿਆਂ ਨੂੰ ਜਿਹੜੀਆਂ ਚੰਗੇ ਬੱਚੇ ਨੇ, ਜਿਹੜੇ 80% ਤੋਂ ਉੱਪਰ ਨੰਬਰ ਲੈਂਦੇ ਨੇ, ਅਤੇ ਉਹਨਾਂ ਨੂੰ ਅਸੀਂ ਫਰੀ ਵਿੱਦਿਆ ਦੇਵਾਂਗੇ। ਇਸ ਤੋਂ ਇਲਾਵਾ ਬੱਚਿਆਂ ਦੇ ਪੜ੍ਹਾਈ ਵਾਸਤੇ ਜਿੰਨੀਆਂ ਕਿਤਾਬਾਂ ਦੇਵਾਂਗੇ ਉਹ 60% ਛੋਟ ਦੇ ਕੇ ਉਹਨਾਂ ਨੂੰ ਕਿਤਾਬਾਂ ਦਿੱਤੀਆਂ ਜਾਣਗੀਆਂ। ਜਿਹੜੀਆਂ ਬੱਚਿਆਂ ਨੂੰ ਵਰਦੀਆਂ ਦਿੱਤੀਆਂ ਜਾਂਦੀਆਂ ਉਹ 30%, 25%, 35% ਲੈਸ 'ਤੇ ਮੁਹੱਈਆ ਕਰਾਈਆਂ ਜਾਣਗੀਆਂ। ਉਸ ਤੋਂ ਇਲਾਵਾ ਹੋਰ ਵੀ ਗਰੀਬ ਬੱਚੇ ਜਿਹੜੇ ਪੜ੍ਹਾਈ 'ਚ ਠੀਕ ਹੋਣਗੇ ਉਹਨਾਂ ਨੂੰ ਪੂਰੀ ਸਹੂਲਤ ਦਿੱਤੀ ਜਾਏਗੀ ਅਤੇ ਪੜ੍ਹਾਈ ਵਾਸਤੇ ਉਹਨਾਂ ਨੂੰ ਪੂਰੀ ਸਹਾਇਤਾ ਦਿੱਤੀ ਜਾਏਗੀ। ਗਰੀਬ ਬੱਚਿਆਂ ਵਾਸਤੇ ਹਰ ਢੰਗ ਦੀ ਅਸੀਂ ਸਹੂਲਤਾਂ ਦੇਵਾਂਗੇ। ਖੇਡਾਂ ਬੱਚਿਆਂ ਨੂੰ ਖੇਡਾਂ ਵਾਸਤੇ ਖਾਸ ਖਿਆਲ ਰੱਖਿਆ ਜਾਏਗਾ। ਬੱਚੇ ਖੇਡਾਂ ਦੇ ਵਿੱਚ ਉਤਸ਼ਾਹ ਲੈਣਗੇ ਅਤੇ ਤੰਦਰੁਸਤ ਰਹਿਣਗੇ। ਜਿਹੜੇ ਬੱਚੇ ਤੰਦਰੁਸਤ ਰਹਿਣਗੇ ਉਹ ਪੜ੍ਹਾਈ 'ਚ ਵੀ ਬਹੁਤ ਠੀਕ ਰਹਿਣਗੇ। ਮੈਡੀਕਲ ਅਤੇ ਇੰਜੀਨੀਅਰਿੰਗ ਲਈ ਵੀ ਤਿਆਰੀ ਕਰਾਈ ਜਾਏਗੀ। 2 ਦਸੰਬਰ ਨੂੰ ਅੰਮ੍ਰਿਤਸਰ ਦੇ ਵਿੱਚ ਚੀਫ ਖਾਲਸਾ ਦੀਵਾਨ ਦੇ ਮੇਨ ਦਫ਼ਤਰ ਦੇ ਵਿੱਚ, ਦਫ਼ਤਰ ਦੇ ਹਾਲ ਵਿੱਚ ਚੋਣ ਹੋਣ ਜਾ ਰਹੀ ਹੈ, ਜਿਹੜਾ ਸਾਡਾ ਹੈੱਡ ਆਫਿਸ ਆ। ਬੱਚਿਆਂ ਨੂੰ ਧਾਰਮਿਕ ਵਿੱਦਿਆ ਪੂਰੀ ਦਿੱਤੀ ਜਾਏਗੀ ਦੀ ਰਿਪੋਰਟ ਕੇਡੀਟੀ ਨਿਊਜ਼ ਲੁਧਿਆਣਾ। ਖੇਡਾਂ ਵੱਲ ਧਿਆਨ ਕੀਤਾ ਜਾਏਗਾ, ਖੇਡਾਂ ਦੀਆਂ ਪੂਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।